ਸੰਭੂ ਰੇਲਵੇ ਸਟੇਸ਼ਨ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਵੱਲੋਂ 9ਵੇਂ ਦਿਨ ਵੀ ਧਰਨਾ ਰੱਖਿਆ ਗਿਆ ਹੈ। ਰੋਜ਼ਾਨਾ ਸੈਂਕੜੇ ਕਿਸਾਨ ਧਰਨੇ ਦੇ ਵਿੱਚ ਸ਼ਾਮਲ ਹੋ ਰਹੇ ਨੇ। ਦੱਸਦੇ ਕਿ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਬੁਨਿਆਦੀ ਸਹੂਲਤਾਂ ਤੋਂ ਵੀ ਉਹਨਾਂ ਨੂੰ ਵਾਂਝਾ ਰੱਖਿਆ ਗਿਆ ਹੈ। ਪਿਛਲੇ 9 ਦਿਨ ਤੋਂ ਕਿਸਾਨ ਅੰਦੋਲਨ ਸ਼ੰਭੂ ਰੇਲਵੇ ਸਟੇਸ਼ਨ ਤੇ ਚੱਲ ਰਿਹਾ ਹੈ। ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਮਾਹੌਲ ਭਖਿਆ। ਤੁਸੀਂ ਪਾਸੇ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਅੱਜ ਬੀਬੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਲਗਾਤਾਰ ਜਿਹੜਾ ਹੈ ਕਿ ਕਿਸਾਨ ਅੰਦੋਲਨ ਭਖਦਾ ਨਜ਼ਰ ਆ ਰਿਹਾ ਆਪਣੀ ਮੰਗਾਂ ਨੂੰ ਲੈ ਕੇ। ਉਹੀ ਮੰਗਾਂ ਨੇ ਦੋ, ਕਿਉਂਕਿ ਜਿਹੜੇ 3 ਨੌਜਵਾਨ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਰਿਹਾਈ ਨੂੰ ਲੈ ਕੇ ਅਤੇ ਅੜਿੱਕਾ ਜਿਹੜਾ ਚੱਲ ਰਿਹਾ ਉੱਥੇ ਹੀ ਬੁਨਿਆਦੀ ਸਹੂਲਤਾਂ ਜਿਹੜੀ ਸ਼ੰਭੂ ਬਾਰਡਰ ਦੇ ਉੱਤੇ ਦੇਣ ਨੂੰ ਪੰਜਾਬ ਸਰਕਾਰ ਖਿਲਾਫ ਹੀ ਮੋਰਚਾ ਖੋਲਿਆ। ਗੱਲਬਾਤ ਕਰਦੇ ਹਾਂ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ। ਕੀ ਕਹਿਣਾ ਚਾਹੋਗੇ ਅੱਜ 9ਵੇਂ ਦਿਨ ਵਿੱਚ ਕਿਸਾਨ ਅੰਦੋਲਨ ਸ਼ਾਮਲ ਹੋ ਚੁੱਕਾ ਹੈ, ਕਿੰਨੀਆਂ ਕੁ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ? ਅੰਦੋਲਨ ਤਾਂ ਸਾਡਾ ਕਾਫੀ ਚਿਰ ਤੋਂ ਚੱਲ ਰਿਹਾ, ਜਿਹੜਾ ਇੱਥੇ ਆਪਣਾ ਸਟੇਸ਼ਨ 'ਤੇ ਸਾਡਾ ਇਹ ਲਗਾਤਾਰ ਦਾ ਜਿਹੜੇ ਸਾਡੇ 3 ਨੌਜਵਾਨ ਇਹਨਾਂ ਫੜੇ ਆ ਉਹਨਾਂ ਦੀ ਰਿਹਾਈ ਦੀ ਖਾਤਰ ਇਹ ਧਰਨਾ ਚੱਲ ਰਿਹਾ ਵਾ ਔਰ ਚੱਲਦਾ ਰਹੇਗਾ ਜਿੰਨਾ ਚਿਰ ਸਾਨੂੰ ਛੱਡਦੇ ਨਹੀਂ ਸਾਡੇ ਨੌਜਵਾਨ। ਸੋ ਇੱਥੇ ਦਿੱਕਤਾਂ ਤਾਂ ਬਹੁਤ ਆਉਂਦੀਆਂ ਨੇ, ਤੁਹਾਨੂੰ ਪਤਾ ਹੀ ਆ ਵੀ ਮੱਛਰ ਵੀ ਬੜਾ ਵਾ ਅਤੇ ਸਰਕਾਰ ਦੇ ਜਿੰਨਾ ਚਿਰ ਗੱਲ 'ਚ ਗੂਠ ਜਾਂਦਾ ਇਹ ਦਿੰਦੀ ਵੀ ਕੁਝ ਨਹੀਂ ਹੈ। ਜਦੋਂ ਗੱਲ 'ਚ ਗੂਠ ਹੁੰਦਾ ਫਿਰ ਸਭ ਕੁਝ ਆ ਜਾਂਦਾ ਵਾ, ਨਹੀਂ ਤਾਂ ਇਹ ਕੰਮ ਕਰਨ ਦੀ ਨੀਂਦ ਸੌਂ ਜਾਂਦੀ ਆ। ਸੋ ਸਾਡੇ ਆਗੂ ਬਹੁਤ ਸਿਆਣੇ ਆ, ਜਿਸ ਹਿਸਾਬ ਨਾਲ ਉਹ ਕੰਮ ਕਰ ਰਹੇ ਆ ਵਧੀਆ ਲੈਣ 'ਤੇ ਜਾ ਰਹੀ ਗੱਡੀ ਅਤੇ ਵਧੀਆ ਚੱਲ ਰਿਹਾ ਸਾਡਾ ਘੋਲ ਅਤੇ ਚੱਲਦਾ ਰਹੂਗਾ। ਸੋ ਅਗਲਾ ਕੀ ਸੰਘਰਸ਼ ਹੈ, ਕਿਉਂਕਿ 9 ਦਿਨ ਇੱਥੇ ਬੈਠੇ ਨੇ, ਹੋਵੇ ਕੋਈ ਪ੍ਰਸ਼ਾਸਨ ਨਾਲ ਕਿਸੇ ਮੀਟਿੰਗ ਹੋਈ ਹੋਵੇ ਜਾਂ ਉੱਚ ਅਧਿਕਾਰੀਆਂ ਨਾਲ ਕੋਈ ਮੀਟਿੰਗ ਹੋਈ ਹੈ ਕਿਸੇ ਨੂੰ ਲੈ ਕੇ ਵੀ ਇਹ ਧਰਨਾ ਸਮਾਪਤ ਹੋ ਸਕੇ? ਦੇਖੋ ਪ੍ਰਸ਼ਾਸਨ ਅਤੇ ਸਰਕਾਰ ਅੰਦੋਲਨਕਾਰੀਆਂ ਵਾਲੇ ਪਿੱਠ ਕਰਕੇ ਬੈਠੀ ਆ, ਪਰ ਅੰਦੋਲਨਕਾਰੀਆਂ ਵਾਲੇ ਦੇਸ਼ ਨੇ ਮੂੰਹ ਕਰ ਲਿਆ। 140 ਕਰੋੜ ਭਾਰਤੀ ਲੋਕ ਜਿਹੜੇ ਉਹ ਜਾਗ ਪਏ ਆ। ਜਿਵੇਂ ਹੁਣ ਭਾਜਪਾ ਹੀ ਆਗੂਆਂ ਦਾ ਵਿਰੋਧ ਹੋ ਰਿਹਾ ਵਾ ਪਿੰਡੋ ਪਿੰਡੀ ਹਰਿਆਣੇ ਪੰਜਾਬ ਯੂਪੀ ਦੇ ਵਿੱਚ, ਅਤੇ ਜਿਵੇਂ ਸਾਡੇ ਜਾਟ ਭਾਈਚਾਰੇ ਨੇ ਰਾਜਪੂਤ ਭਾਈਚਾਰੇ ਨੇ ਇਹਨਾਂ ਦੇ ਵਰਖਿਲਾਫ ਮਤੇ ਪਾਏ ਆ, ਉਹਦੇ ਵਿੱਚੋਂ ਸਰਕਾਰ ਨੂੰ ਸੇਕ ਪਹੁੰਚ ਰਿਹਾ ਵਾ। ਸਰਕਾਰ ਹੁਣ ਜਿਹੜੇ ਮੋਦੀ ਰਾਮ ਜੀ ਦੀ ਗੱਲ ਕਰਕੇ 400 ਪਾਰ ਦੀ ਗੱਲ ਕਰਦੇ ਸੀ, ਉਸ ਤੋਂ ਬਾਅਦ ਵਿਕਾਸ ਲੈ ਕੇ ਆਏ, ਅੱਜ ਉਹ ਸਾਰਾ ਕੁਝ ਭੁੱਲ ਕੇ ਅੱਜ ਉਹਨਾਂ ਨੇ ਫਿਰ ਫਿਰਕੂ ਏਜੰਡਾ ਜਿਹੜਾ ਸ਼ੁਰੂ ਕਰਤਾ ਵਾ। ਜੋ ਕੁਝ ਉਹ ਰਾਜਸਥਾਨ ਦੇ ਵਿੱਚ ਬੋਲੇ ਆ ਆਪਣਾ ਲੋਕਾਂ ਦੀ ਸਭਾ ਦੇ ਵਿੱਚ, ਉਹ ਸਾਰੇ ਜੱਗ ਨੇ ਸੁਣ ਲਿਆ ਵਾ ਵੀ ਕਿਵੇਂ ਉਹ ਫਿਰਕਾ ਪ੍ਰਸਤੀ ਦਾ ਏਜੰਡਾ ਲੈ ਕੇ ਆਏ ਆ ਅਤੇ ਕਿਵੇਂ ਧਰਮਾਂ ਦੇ ਨਾਂ ਦੇ ਉੱਤੇ ਫਿਰ ਵੋਟਾਂ ਬਟੋਰੀਆਂ ਚਾਹੁੰਦੇ ਆ। ਮਤਲਬ ਇਸ ਅੰਦੋਲਨ ਦਾ ਸੇਕ ਸਰਕਾਰ ਨੂੰ ਪਹੁੰਚ ਰਿਹਾ, ਤਕਲੀਫ ਬਹੁਤ ਆ, ਪਰ ਅਜੇ ਉਹ ਜਿਹੜਾ ਧੌਣ ਵਾਲਾ ਕਿੱਲਾ ਆਕੜ ਵਾਲਾ ਉਹ ਨਹੀਂ ਨਿਕਲ ਰਿਹਾ। ਆਹ ਜਿਹੜਾ ਮੋਰਚਾ ਵਾ ਇਹ ਸਿਰਫ ਬੁਨਿਆਦੀ ਜਿਹੜੀਆਂ ਮੰਗਾਂ ਹੋਣ ਲੋੜ ਵਾ ਉਹਨਾਂ 'ਤੇ ਲੱਗਾ ਹੋਇਆ ਵਾ, ਜਿਵੇਂ 3 ਨੌਜਵਾਨਾਂ ਦੀ ਰਿਹਾਈ, ਬਿਜਲੀ, ਪਾਣੀ ਅਤੇ ਸਫਾਈ, ਇਹ ਤੋਂ ਸਾਰਾ ਕੁਛ ਤੋਂ ਸਰਕਾਰ ਜਿਹੜਾ ਉਹ ਪਾਸਾ ਵੱਟ ਰਹੀ ਹੈ। ਨਾ ਨੌਜਵਾਨਾਂ ਦੀ ਰਿਹਾਈ ਕਰਨ ਨੂੰ ਤਿਆਰ ਆ, ਕਹਿੰਦੇ ਜਵਾਨਤਾ ਕਰਾਓ, ਇੱਕ ਉਹ ਰਾਹ ਖੋਲ੍ਹਣਾ ਚਾਹੁੰਦੇ ਆ ਜਵਾਨਤਾ ਵਾਲਾ, ਜੋ ਨੌਜਵਾਨਾਂ ਨੇ ਅੰਦਰੋਂ ਜੇਲ੍ਹ 'ਚੋਂ ਕਹਿ ਦਿੱਤਾ ਵਾ ਵੀ ਸਾਡੀਆਂ ਜਵਾਨਤਾਂ ਨਹੀਂ ਕਰਾਉਣੀਆਂ। ਸਫਾਈ ਵੱਲੋਂ ਵੇਸਲਾਪਨ ਵਾ, ਰਾਤ 11 ਵਜੇ ਪ੍ਰਸ਼ਾਸਨ ਨਾਲ ਗੱਲ ਕੀਤੀ ਵੀ ਮੱਛਰ ਨੇ ਬਹੁਤ ਮੰਦੀ ਹਾਲਤ ਕੀਤੀ ਵੀ ਆ ਸਾਡੇ ਜਿਹੜੇ ਪੁਆਇੰਟ ਉਹ ਚੱਲ ਰਹੇ ਆ ਸ਼ੰਭੂ ਬਾਰਡਰ ਵਾਲੇ, ਉੱਥੇ ਸੀਵਰੇਜ ਬਲੌਕ ਹੋਏ ਪਏ ਆ, ਉਹ ਸੀਵਰੇਜ ਦੀ ਬਲੌਕਿੰਗ ਖੋਲ੍ਹਣ ਵਾਸਤੇ ਵੀ ਕੋਈ ਗੱਡੀਆਂ ਲੈ ਕੇ ਆਓ ਜਿਹੜੀਆਂ ਮੋਟਰ ਦੇ ਨਾਲ ਭਰ ਕੇ ਉਹਨੂੰ ਲੈ ਜਾਣ, ਅਤੇ ਇੱਥੇ ਵੀ ਜਿਹੜਾ ਵਾ ਉਹ ਮੱਛਰ ਤੋਂ ਉਹ ਧੂੰਏ ਦਾ ਛਿੜਕਾਅ ਜਿਹੜਾ ਉਹ ਕੀਤਾ ਜਾਵੇ, ਪਾਣੀ ਦੀ ਵਿਵਸਥਾ ਕੀਤੀ ਜਾਵੇ। ਸਰਕਾਰ ਜਿਹੜੀ ਆ ਉਹ ਕਰਦੀ ਹੁੰਦੀ ਆ, ਅੰਦੋਲਨ ਜਿਹੜਾ ਵਾ ਮੁਸ਼ਕਲਾਂ ਦਾ ਨਾਂ ਹੀ ਆ, ਇਹ ਹੋਰ ਲੰਬਾ ਸਮਾਂ ਜਿਹੜਾ ਵਾ ਉਹ ਅੰਦੋਲਨ ਚੱਲੂਗਾ। ਆਹ ਪੁਆਇੰਟ ਜਿਸ ਦਿਨ ਸਰਕਾਰ ਨੌਜਵਾਨਾਂ ਨੂੰ ਰਿਹਾ ਕਰ ਦਿੰਦੀ ਆ, ਬਿਜਲੀ, ਪਾਣੀ ਅਤੇ ਸਫਾਈ ਦਾ ਬੰਦੋਬਸਤ ਹੋ ਜਾਂਦਾ, ਇਹਨਾਂ ਵਾਪਸ ਆਪਣੀ ਮੂਲ ਜਗ੍ਹਾ 'ਤੇ ਚਲੇ ਜਾਣਾ ਵਾ। ਕੀ ਲੱਗਦਾ ਕਿ ਅਗਲਾ ਸੰਘਰਸ਼ ਆਪਣਾ ਸਫਲਤਾਪੂਰਵਕ ਅੱਗੇ ਜਾਵੇਗਾ? ਬਿਲਕੁਲ ਜੀ ਬਿਲਕੁਲ, ਮੋਰਚਾ ਪਹਿਲੇ ਦਿਨ ਤੋਂ ਹੀ ਚੜ੍ਹਦੀ ਕਲਾ 'ਚ ਹੈ। ਔਰਤਾਂ ਬਰਾਬਰ ਮੋਢੇ ਨਾਲ ਮੋਢਾ ਲਾ ਕੇ, ਜਿਵੇਂ ਹੁਣ ਤੁਹਾਨੂੰ ਪਤਾ ਵਾਢੀ ਦਾ ਸੀਜ਼ਨ, ਔਰਤਾਂ ਹੀ ਮੋਰਚੇ ਨੂੰ ਲਗਾਤਾਰ, ਚਾਹੇ ਉੱਥੇ ਮੋਰਚੇ 'ਤੇ ਹੈ ਚਾਹੇ ਰੇਲਵੇ ਟਰੈਕ 'ਤੇ, ਔਰਤਾਂ ਬਰਾਬਰ ਡੱਟ ਕੇ ਬੈਠੀਆਂ ਹੋਈਆਂ। ਔਰ ਸਰਕਾਰ ਦਾ ਜਿਹੜਾ ਰੁੱਖ ਹੈਗਾ, ਪੰਜਾਬ ਦੀ ਇੱਕ ਗੱਲ ਹੈਗੀ ਕਿ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ, ਜਿਹੜਾ ਵਾਹਿਆ ਹੋਇਆ ਵਾਹਣ ਹੁੰਦਾ, ਜਦੋਂ ਉਹਦੇ ਵਿੱਚ 2 ਬੰਦੇ ਭੱਜਦੇ ਆ ਅਤੇ ਜੇ ਇੱਕ ਦਾ ਜ਼ੋਰ ਲੱਗਦਾ ਤਾਂ ਬਰਾਬਰ ਜ਼ੋਰ ਦੂਜੇ ਦਾ ਵੀ ਉਨਾ ਹੀ ਲੱਗਦਾ। ਇਸੇ ਕਰਕੇ ਜੇ ਸਰਕਾਰ ਸਾਨੂੰ ਪਰਖ ਰਹੀ ਹੈ ਤਾਂ ਜ਼ੋਰ ਉਨਾ ਸਰਕਾਰ ਦਾ ਵੀ ਲੱਗ ਰਿਹਾ, ਚੀਕਾਂ ਸਰਕਾਰ ਦੀਆਂ ਵੀ ਪਈਆਂ ਪਈਆਂ, ਜਿਵੇਂ
ਪਿੰਡ ਇਹਨਾਂ ਨੇ ਬੈਰੀਕੇਡ ਸਾਡੇ ਮੂਹਰੇ ਲਾਏ ਆ, ਅਸੀਂ ਪਿੰਡਾਂ ਵਿੱਚ ਲਾਏ ਹੋਏ ਆ। ਬੀਜੇਪੀ ਦਾ ਪੂਰਾ ਬਾਈਕਾਟ ਕਰ ਰਹੇ ਹਾਂ। ਇਹ ਨਹੀਂ ਹੈ ਕਿ ਇਹ ਮੋਰਚੇ ਦੀ ਹੂਕ ਵਿਦੇਸ਼ਾਂ ਤੱਕ ਗਈ ਹੋਈ ਹੈ, ਚੀਕ ਪਈ ਪਈ ਹੈ ਸਰਕਾਰ ਦੀ, ਬਾਕੀ ਐਲਾਨ ਬਾਕੀ ਹੈ, ਦੇਖੋ ਕਦੋਂ ਕਰਦੇ ਆ। ਬਿਲਕੁਲ ਹੌਸਲੇ ਬੁਲੰਦ ਨੇ, ਖਾਸ ਕਰ ਬੀਬੀਆਂ ਵੀ ਜਿਹੜਾ ਮੋਰਚੇ ਵਿੱਚ ਡਟੀਆਂ ਹੋਈਆਂ ਨੇ। ਕਹਿਣਾ ਹੈ ਕਿ ਪੰਜਾਬ ਭਰ ਦੇ ਵਿੱਚ ਬੀਜੇਪੀ ਦਾ ਜਿਹੜਾ ਹੈ ਕਿ ਚੋਣਾਂ ਨੂੰ ਲੈ ਕੇ ਵਿਰੋਧ ਵੀ ਕੀਤਾ ਜਾ ਰਿਹਾ, ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਇਸ ਦਾ ਸੰਘਰਸ਼ ਇਹਨਾਂ ਦਾ ਜਾਰੀ ਰਹੇਗਾ। ਕੈਮਰਾ ਪਰਸਨ ਸੰਮਿਤ ਕੁਮਾਰ ਦੇ ਨਾਲ ਦਇਆ ਸਿੰਘ, ਰਾਜਪੁਰਾ।